नमस्कार दोस्तों, आरबीआई मीडिया में आपका स्वागत है। अपडेट गुरु हरसाय से आ रही है। गुरु हरसाय के समीप जीवा राय में सड़क दुर्घटना हो गई है। जीवा राय के समीप हुई सड़क दुर्घटना में दो युवकों की मौत हो गई। अज्ञात वाहन की चपेट में मोटरसाइकिल सवार आ गए, जिनकी मौके पर ही मौत हो गई। दोनों के शवों को पोस्टमार्टम के लिए फिरोजपुर के सिविल अस्पताल की मोर्चरी में रखवाया गया। देखकर से यह हादसा हुआ है। गुरु हरसाय के समीप जीवा राय के निकट यह हादसा हुआ है, जिसमें दो नौजवानों की मौत हो गई है। मृतक ममदोट के गांव रहीम के रहने वाले थे, जो कि जलालाबाद से अपने गांव लौट रहे थे कि रास्ते में यह हादसा हो गया। आपको लाइव कवरेज दिखा रहा हूं, बने रहे हमारे साथ, देखते रहे हमारा चैनल। ये 8 बजे करीब आया जी, जीवा राय। ਕਿਵੇਂ ਗਿਆ ਸੀ ਕਿਸ ਵੇਲੇ? ਇਹ ਗਿਆ ਸੀ 4:30 ਘਰੋਂ ਪਿੰਡ ਗਿਆ ਨੇ, ਅਤੇ ਪਤਾ ਨਹੀਂ ਚੱਲਿਆ ਮਗਰ ਤੱਕ ਗਏ ਨੇ। ਰਾਤ ਦੇ 9 ਵਜੇ ਗਏ ਨੇ ਅਤੇ ਮੌਕੇ 'ਤੇ ਮਰੇ ਸੀ। ਇੱਥੋਂ ਨਹੀਂ ਪਤਾ ਕਿਵੇਂ ਗਿਆ ਸੀ ਇਹਦਾ। ਪੈਸੇ ਕਹਿੰਦੇ ਸੀ ਲੈਣ ਜਾਣਾ ਜਲਾਲਾ ਮੁੰਡੇ ਕਿਸੇ ਕੋਲੋਂ, ਅਤੇ ਕਹਿੰਦੇ ਸੀ ਆ ਜਾਵਾਂਗੇ ਘਰੇ। ਫੋਨ ਹੀ ਮਗਰ ਲਾਇਆ ਨੇ 8 ਵਜੇ, ਅਤੇ ਇਹਨਾਂ ਦਾ ਫੋਨ ਸੁੱਚ ਆਫ ਆਇਆ ਵੀ ਲੱਗਿਆ ਨਹੀਂ, ਚੱਕਿਆ ਨਹੀਂ ਫੋਨ। ਉਧਰ ਲਾਇਆ ਮੁੰਡਿਆਂ ਨੇ ਵੀ ਇਸ ਤਰ੍ਹਾਂ ਵੀ ਮੌਕੇ 'ਤੇ ਇਹ ਦੋਵਾਂ ਨੇ ਡੈਥ ਹੋਈ ਪਈ ਦੋਨਾਂ ਦੀ। ਇਹ ਘਟਨਾ ਵਾਪਰੀ ਪਿੰਡ 'ਚ, ਬਹੁਤ ਸੋਗ ਛਾ ਗਿਆ ਜੀ ਪਿੰਡ 'ਚ। ਇਹ ਬਹੁਤ ਮੁੰਡਾ ਰਾਜ ਸੀ, ਕੁਲਦੀਪ ਸਿੰਘ, ਬਹੁਤ ਵਧੀਆ ਸੀ। ਸਾਰੇ ਪਿੰਡ 'ਚ ਬਹੁਤ ਵਧੀਆ ਮਿਲਦਾ ਗਿਲਦਾ ਸੀ, ਸਾਰੇ ਪਿੰਡ 'ਚ ਮਾਹੌਲ ਜਿਹੜਾ ਨਾ ਮਾਤਮ ਛਾ ਗਿਆ। ਇਹ ਪਤਾ ਲੱਗਾ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਉੱਥੇ ਜੀਵਾ ਰਾਈ ਕੋਲ। ਫਿਰ ਸਾਨੂੰ ਫੋਨ ਆਇਆ, ਫਿਰ ਇੱਥੋਂ ਪਿੰਡ ਦੇ ਸਾਰੇ ਗਏ ਬਾਹਰ, ਫਿਰ ਜਾ ਕੇ ਮੌਕੇ 'ਤੇ ਡੈਥ ਹੋਈ ਸੀ। ਇਹ ਲਾਸ਼ਾਂ ਜੀ ਫਿਰੋਜ਼ਪੁਰ ਹੋਸਪਿਟਲ ਨੇ, ਉੱਥੇ ਪੁਲਿਸ ਕਾਰਵਾਈ ਕਰਕੇ ਪੋਸਟਮਾਰਟਮ ਕਰਾ ਕੇ। ਭਾਣਾ ਕੀ ਵਾਪਰਨਾ ਸੀ ਵਿੱਚ ਜੀ, ਰਾਤ ਸਾਨੂੰ ਤਾਂ ਫੋਨ ਆਇਆ ਵੀ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ, ਅਤੇ ਉਸੇ ਟਾਈਮ ਹੀ ਚਲੇ ਗਏ ਵੀ ਉਹਨਾਂ ਨੂੰ ਲੈ ਕੇ। ਉੱਥੋਂ ਜਾ ਕੇ ਲਾਸ਼ਾਂ ਲੈ ਕੇ ਫਿਰੋਜ਼ਪੁਰ ਜਾ ਕੇ ਉਹਨਾਂ ਨੇ ਹੋਸਪਿਟਲ ਜਾ ਕੇ ਜਮ੍ਹਾਂ ਕਰਾ ਦਿੱਤੀਆਂ, ਅਤੇ ਪਤਾ ਲੱਗਾ ਵੀ ਇਹ ਬਹੁਤ ਸਿਆਣਾ ਪੁੱਤਰ ਸੀ, ਵੀ ਉਹ ਘਰ 'ਚ ਕਮਾਈ ਕਰਨ ਵਾਲਾ ਸੀ, ਅਤੇ ਇਹਦਾ ਗਰੀਬ ਘਰ ਹੈਗਾ ਸੀ, ਕੁਛ ਨਾ ਕੁਛ ਇਹਨਾਂ ਦਾ ਕੀਤਾ ਜਾਵੇ, ਇਹਨਾਂ ਨੂੰ ਕੁਛ ਨਾ ਕੁਛ ਦਿੱਤਾ ਜਾਵੇ। ਘਰ ਦੀ ਹਾਲਤ ਬਹੁਤ ਮਾੜੀ ਹੈ, ਕੁਛ ਵੀ ਨਹੀਂ ਕਰਦੇ ਪੱਲੇ ਹੈਗਾ, ਗਰੀਬ ਘਰ ਹੈ, ਬਹੁਤ ਗਰੀਬ ਘਰ ਹੈ। ਇਹੋ ਪੁੱਤਰ ਕਮਾਉਣ ਵਾਲਾ ਸੀ ਉਹਨਾਂ ਦਾ, ਇਹਨਾਂ ਨੂੰ ਕੁਛ ਨਾ ਕੁਛ ਸਰਕਾਰ ਤੋਂ ਦਿੱਤਾ ਜਾਵੇ ਲੈ।